ਸਤਿ ਸ਼੍ਰੀ ਅਕਾਲ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਲਾਈਵ ਦੇ ਵਿੱਚ ਇਸ ਵੇਲੇ ਸਵਾਗਤ ਹੈ। ਮੈਂ ਹਾਂ ਨਵਜੋਤ ਸਿੰਘ ਧਾਲੀਵਾਲ। ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਹੁਣ ਖਬਰਾਂ ਦੀ ਤਫਸੀਲ ਦੇ ਨਾਲ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਅੰਕੜੇ ਜਾਰੀ ਕਰ ਦਿੱਤੇ ਗਏ ਨੇ ਔਰ ਕਿਹਾ ਗਿਆ ਕਿ ਇਸ ਸੀਜ਼ਨ ਦੇ ਵਿੱਚ ਹੁਣ ਤੱਕ 2,73,742 ਟਨ ਤੋਂ ਜ਼ਿਆਦਾ ਦੀ ਖਰੀਦ ਹੋਈ ਹੈ ਔਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 7 ਅਕਤੂਬਰ ਤੱਕ ਕੁੱਲ 2,73,742 ਜਿਹੜੀ ਟਨ ਹੈ ਫਸਲ ਦੀ ਖਰੀਦ ਕੀਤੀ ਗਈ ਹੈ। ਸਰਕਾਰੀ ਏਜੰਸੀਆਂ ਨੇ ਇਸ ਅੰਦਰ 2,68,842 ਟਨ ਜਿਹੜੀ ਫਸਲ ਖਰੀਦੀ ਹੈ, ਜਦੋਂ ਕਿ ਮਿੱਲ ਮਾਲਕਾਂ ਨੇ 4900 ਟਨ ਜਿਹੜੀ ਕਿ ਫਸਲ ਦੀ ਖਰੀਦ ਕੀਤੀ ਹੈ। ਸਰਕਾਰ ਦਾ ਦਾਅਵਾ ਹੈ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਦਰਪੇਸ਼ ਨਹੀਂ ਆ ਰਹੀ। ਸਰਕਾਰ ਦੀ ਸਖਤੀ ਕਾਰਨ ਫਿਰੋਜ਼ਪੁਰ ਦੇ ਕਿਸਾਨ ਪਰਾਲੀ ਨਾ ਸਾੜਨ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਬਿਨਾਂ ਸਰਕਾਰ ਦੀ ਮਦਦ ਦੇ ਕਿਸਾਨ ਪਰਾਲੀ ਸਾੜਨ ਦੇ ਤਰੀਕੇ ਨਹੀਂ ਅਪਣਾ ਸਕਦੇ ਕਿਉਂਕਿ ਇਹਨਾਂ ਤਕਨੀਕਾਂ 'ਤੇ ਕਿਸਾਨਾਂ ਦਾ ਭਾਰੀ ਖਰਚਾ ਹੋਵੇਗਾ। ਤੁਹਾਡੇ ਸਾਹਮਣੇ ਦੋ ਜ਼ਿਲ੍ਹਿਆਂ ਦੀਆਂ ਦੋ ਤਸਵੀਰਾਂ ਨੇ, ਦੋਵੇਂ ਕਿਸਾਨਾਂ ਦੀਆਂ ਨੇ, ਇੱਕ ਫਿਰੋਜ਼ਪੁਰ ਤਾਂ ਦੂਸਰਾ ਬਠਿੰਡਾ। ਇੱਕ ਪਾਸੇ ਕਿਸਾਨ NGT ਵੱਲੋਂ ਆਏ ਹੁਕਮਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪਰਾਲੀ ਨੂੰ ਸਾੜਨ ਦੀ ਬਜਾਏ ਉਸ ਦਾ ਵਿਕਲਪ ਲੱਭਣ ਦੀ ਕੋਸ਼ਿਸ਼ 'ਚ ਨੇ ਤਾਂ ਦੂਸਰੀ ਤਸਵੀਰ 'ਚ ਕਿਸਾਨ ਇਨ੍ਹਾਂ ਹੁਕਮਾਂ ਦੇ ਵਿਰੋਧ 'ਚ ਪਰਾਲੀ ਨੂੰ ਅੱਗ ਲਾਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਫਿਰੋਜ਼ਪੁਰ 'ਚ ਪਰਾਲੀ ਨੂੰ ਬਿਨਾਂ ਸਾੜੇ ਆਪਣੀ ਤਕਨੀਕ ਦੇ ਨਾਲ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨ ਵੀ ਜ਼ਿਆਦਾ ਸੰਤੁਸ਼ਟ ਨਹੀਂ ਨਜ਼ਰ ਆ ਰਹੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿਕਲਪ 'ਚ ਵਰਤੋਂ ਹੋਣ ਵਾਲੇ ਸੰਦ ਕਾਫੀ ਮਹਿੰਗੇ ਨੇ ਤੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਖਾਸਾ ਖਰਚਾ ਆ ਰਿਹਾ ਹੈ, ਪਰ ਇਸ ਦੇ ਬਾਵਜੂਦ ਜ਼ਮੀਨ ਅਗਲੀ ਫਸਲ ਦੇ ਲਈ ਤਿਆਰ ਹੁੰਦੀ ਨਜ਼ਰ ਨਹੀਂ ਆ ਰਹੀ। ਨਾਲ ਹੀ ਕਿਸਾਨ ਸਰਕਾਰ ਤੋਂ ਮਦਦ ਦੀ ਅਪੀਲ ਵੀ ਕਰ ਰਹੇ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਆਪਦੇ ਟਰੈਕਟਰ ਦੇ ਮਗਰ ਕਲਟੀਵੇਟਰ ਪਾ ਕੇ ਤੁਹਾਨੂੰ ਲਾਈਵ ਵੀ ਵਿਖਾਇਆ, ਪਰ ਉਹਨੂੰ ਵਿੱਚ ਰਲਾਉਣ 'ਚ ਦਿੱਕਤ ਆ ਰਹੀ। ਅਸੀਂ ਕਰ ਰਹੇ ਹਾਂ, ਅਜੇ ਕੋਈ ਇਹਦਾ ਜਿਹੜਾ ਪਰਮਾਨੈਂਟ ਜਿਹੜਾ ਸਬਸਟੀਟਿਊਟ ਨਹੀਂ ਨਿਕਲ ਰਿਹਾ। ਕਣਕ ਵੱਧ ਤੱਕ ਤਾਂ ਆਪਾਂ ਜੇ ਇਹਨੂੰ ਜਿਹੜਾ ਝੋਨੇ ਵਾਲੇ ਖੇਤ ਨੇ ਉੱਥੇ ਆਪਾਂ ਸਮਝ ਸਕਦੇ ਹਾਂ ਵੀ ਕਣਕ ਤੱਕ ਇਹਨੂੰ ਆਪਾਂ ਉਹ ਕਰ ਸਕਦੇ ਹਾਂ, ਪਰ ਵੈਜੀਟੇਬਲ ਵਾਸਤੇ ਇਹਦਾ ਕੋਈ ਹੱਲ। ਸਰਕਾਰ ਨੂੰ ਇਹ ਬੇਨਤੀ ਹੈ ਕਿ ਵੀ ਜਿਹੜਾ ਤੁਸੀਂ ਇਹਦਾ ਕੋਈ ਨਾ ਸਹੀ ਹੱਲ, ਕੋਈ ਸਹੀ ਚੀਜ਼ ਸਾਨੂੰ ਲੱਭ ਕੇ ਦਿਓ, ਉਹਦੇ ਉੱਤੇ ਜ਼ਿਮੀਦਾਰ ਨੂੰ ਮੈਕਸੀਮਮ ਸਬਸਿਡੀ ਦਿੱਤੀ ਜਾਵੇ ਤੇ ਜ਼ਿਮੀਦਾਰ ਨੂੰ ਫਿਰ ਕਿਹਾ ਵੀ ਜਾਵੇ ਵੀ ਤੁਸੀਂ ਇਹੀ ਚੀਜ਼ ਖਰੀਦੋ, ਉਹਦੇ ਉੱਤੇ 70% 80% ਸਬਸਿਡੀ ਦੇ ਕੇ ਤੇ ਜ਼ਿਮੀਦਾਰ ਨੂੰ ਸਹੀ ਰਾਹ ਤੇ ਤੋਰਿਆ ਜਾਵੇ। ਅੱਜ ਜ਼ਿਮੀਦਾਰ ਬਹੁਤ ਹਨੇਰੇ 'ਚ ਵੀ ਮੈਂ ਚੀਜ਼ ਕਿਹੜੀ ਲੈਣੀ ਹੈ। ਉੱਥੇ ਬਠਿੰਡਾ ਦੇ ਰਾਮਪੁਰ ਤੇ ਪਿੱਠੋ ਪਿੰਡ ਦੇ ਕਰੀਬ 300 ਕਿਸਾਨਾਂ ਨੇ ਇਕੱਠਾ ਹੋ ਕੇ 6 ਏਕੜ ਜ਼ਮੀਨ 'ਚ ਪਰਾਲੀ ਨੂੰ ਅੱਗ ਲਗਾ ਦਿੱਤੀ। ਨਾਲ ਹੀ ਦੂਸਰੇ ਵਿਕਲਪ ਮਹਿੰਗੇ ਹੋਣ ਦੇ ਚੱਲਦੇ ਅਜਿਹਾ ਨਾ ਕਰਨ ਦੇ ਬਦਲੇ ਸਰਕਾਰ ਤੋਂ 5,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਸਰਕਾਰ ਤੋਂ ਮੰਗ ਰੱਖੀ ਸੀ ਬਈ ਸਾਨੂੰ ਘੱਟੋ ਘੱਟ 200 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ ਜਾਂ ਉੱਕਾ ਪੁੱਕਾ 6,000 ਰੁਪਏ ਪ੍ਰਤੀ ਏਕੜ ਪੂਰਾ ਖਰਚਾ ਦਿੱਤਾ ਜਾਵੇ ਮੁਆਵਜ਼ਾ। ਅੱਜ ਜਿਹੜੀ ਅਸੀਂ ਰਾਮਪੁਰੇ ਫੂਲ ਵਿੱਚ ਝੋਨੇ 6 ਕਿੱਲੇ ਨੂੰ ਅੱਗ ਲਾਈ ਹੈ, ਉਹਦਾ ਸਾਡੀ ਮਜਬੂਰੀ ਬਣ ਗਈ ਅੱਗ ਲਾਉਣ ਦੀ, ਕਿਉਂਕਿ ਸਰਕਾਰ ਨਾ ਤਾਂ ਸਾਨੂੰ ਕੋਈ ਮਤਲਬ ਵਾਹੁਣ ਵਾਸਤੇ ਸਾਨੂੰ ਕੋਈ ਸੰਦ ਦੇ ਰਹੀ ਹੈ, ਕੋਈ ਨਾ ਕੋਈ ਮੁਆਵਜ਼ਾ ਦੇ ਰਹੀ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰੀ ਸੀ ਵੀ ਘੱਟੋ ਘੱਟ 200 ਰੁਪਏ ਕੁਇੰਟਲ ਪ੍ਰਤੀ ਝੋਨੇ ਮੁਆਵਜ਼ਾ ਦਿੱਤਾ ਜਾਵੇ, ਨਹੀਂ 5,000 ਰੁਪਏ ਪ੍ਰਤੀ ਏਕੜ ਕਿੱਲੇ ਮਗਰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਇਹਨੂੰ ਵਿੱਚ ਵਾਹ ਸਕੀਏ। ਇਹਦਾ ਕੋਈ ਹੱਲ ਨਹੀਂ, ਇਹਦਾ ਇਹ ਸਾਨੂੰ ਖਰਚਾ ਬਹੁਤ ਪੈਂਦਾ, ਸਾਡੀ ਮਜਬੂਰੀ ਬਣ ਗਈ ਅੱਗ ਲਾਉਣੀ। ਅਸੀਂ ਅੱਜ ਇੱਥੇ ਬਠਿੰਡੇ ਦੇ ਵਿੱਚ ਇਹ ਰਾਮਪੁਰੇ ਫੂਲ ਅੱਗ ਲਾਈ ਹੈ 6 ਕਿੱਲੇ ਨੂੰ, ਇਹ ਅਸੀਂ ਅਜੇ ਤੱਕ ਸ਼ੁਰੂਆਤ ਹੋਈ ਹੈ, ਹਜੇ ਅਸੀਂ ਅੱਗਾਂ ਹੋਰ ਵੀ ਲਾਵਾਂਗੇ। ਪੰਜਾਬ ਸਰਕਾਰ ਤੇ NGT ਵੱਲੋਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਪਰਾਲੀ ਨਾਲ ਸਾੜਨ ਦੀਆਂ ਹਦਾਇਤਾਂ ਦਾ ਕਿਤੇ ਤਾਂ ਕਿਸਾਨ ਪਾਲਣ ਕਰ ਰਹੇ ਨੇ ਤੇ ਕਿਤੇ ਵਿਰੋਧ, ਪਰ ਦੋਹਾਂ ਹੀ ਮਾਮਲਿਆਂ 'ਚ ਕਿਸਾਨ ਸਰਕਾਰ ਦੇ ਹੁਕਮਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ। ਫਿਰੋਜ਼ਪੁਰ ਤੋਂ ਗੁਰਦਰਸ਼ਨ ਸੰਧੂ ਤੇ ਬਠਿੰਡਾ ਤੋਂ ਗੋਬਿੰਦ ਸੈਣੀ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ। ਫਾਜ਼ਿਲਕਾ 'ਚ ਝੋਨੇ ਦੀ ਖਰੀਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਕਿਸਾਨਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ। DC ਮੁਤਾਬਕ ਇਸ ਨੰਬਰ 'ਤੇ ਕੋਈ ਵੀ ਕਿਸਾਨ ਸ਼ਿਕਾਇਤ ਦਰਜ ਕਰਵਾ ਸਕਦਾ, ਜਿਸ ਦਾ ਹੱਲ 24 ਘੰਟਿਆਂ ਦੇ ਦਰਮਿਆਨ ਕੀਤਾ ਜਾਵੇਗਾ। ਫਾਜ਼ਿਲਕਾ ਦੀਆਂ ਮੰਡੀਆਂ 'ਚ ਝੋਨੇ ਦੀ ਆਮਦ ਤੇ ਖਰੀਦ ਲਗਾਤਾਰ ਜਾਰੀ ਹੈ। ਉੱਥੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੈਡੀ ਪ੍ਰੋਕਿਊਰਮੈਂਟ ਹੈਲਪਲਾਈਨ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਨਾਲ ਹੀ ਇੱਕ ਹੈਲਪਲਾਈਨ ਨੰਬਰ 01638-5094 ਜਾਰੀ ਕੀਤਾ ਗਿਆ। DC ਦੇ ਮੁਤਾਬਕ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਕੋਈ ਵੀ ਕਿਸਾਨ ਇਸ ਨੰਬਰ ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਜਿਸ ਦਾ 24 ਘੰਟਿਆਂ ਦੇ ਅੰਦਰ ਹੱਲ ਕੀਤਾ ਜਾਵੇਗਾ ਕਿ ਕਾਲ ਰਿਸੀਵ ਕਰਨ ਦੇ ਲਈ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਸ ਤੋਂ ਇਲਾਵਾ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤੀ ਗਈ ਹੈ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ, ਜਿਸ ਵਿੱਚ ਕੋਈ ਵੀ ਕਿਸਾਨ 8 ਵਜੇ ਤੋਂ ਲੈ ਕੇ ਸਵੇਰ ਦੇ ਰਾਤ ਦੇ 8 ਵਜੇ ਤੱਕ ਫੋਨ ਕਰ ਸਕਦਾ ਜੇ ਉਸਨੂੰ ਕੋਈ ਤਕਲੀਫ ਹੋ। ਜਿਸ ਦਾ ਨੰਬਰ ਹੈ 01633850294 ਅਤੇ ਉਸ ਬਾਰੇ ਬੋਰਡਸ ਵੀ ਮਾਰਕੀਟ ਕਮੇਟੀ ਵੱਲੋਂ ਮੰਡੀ 'ਚ ਲਗਾਏ ਗਏ ਨੇ ਕਿ ਬੋਰੀ ਦਾ ਵੇਟ ਕਿੰਨਾ ਹੋਣਾ ਚਾਹੀਦਾ ਹੈ, MSP ਆਪਣਾ 1590 ਹੈ, ਤਾਂ ਕਿ ਕਿਸੇ ਵੀ ਕਿਸਾਨ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਮੰਡੀ ਵਿੱਚ ਨਾ ਕਰਨਾ। ਉੱਥੇ ਵਿਧਾਇਕ ਦਵਿੰਦਰ ਸਿੰਘ ਪਾਇਆ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਦੇ ਖਿਲਾਫ ਜੇ ਸ਼ਿਕਾਇਤ ਆਉਂਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਝੋਨੇ ਦੀ ਜਿਹੜੀ ਫਸਲ ਹੈ ਉਹਦੇ ਲਈ ਵੀ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਅਤੇ ਅਸੀਂ ਫਾਜ਼ਿਲਕਾ ਦੇ ਵਿੱਚ ਇੱਕ ਪੈਡੀ ਪ੍ਰੋਕਿਓਰਮੈਂਟ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿਹਦੇ 'ਤੇ ਜਿੱਥੇ ਵੀ ਕਿਸੇ ਕਿਸਾਨ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਫੋਨ ਕਰ ਸਕਦਾ ਤਾਂ ਉਹਦੀ ਹੈਲਪ ਹੋਊਗੀ। ਜੇ ਕੋਈ ਅਧਿਕਾਰੀ ਦੇ ਖਿਲਾਫ਼ ਉਹ ਕਰੂਗਾ ਤਾਂ ਉਹਦੇ ਖਿਲਾਫ਼ ਐਕਸ਼ਨ ਵੀ ਜਿਹੜਾ ਪੂਰਾ ਲਿਆ ਜਾਊਗਾ। ਦੂਜੇ ਪਾਸੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਹੈਲਪਲਾਈਨ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਹਨਾਂ ਨੂੰ ਜਲਦ ਹੀ ਹੱਲ ਦੀ ਉਮੀਦ ਹੈ। ਤਾਂ ਉੱਥੇ ਹੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹੈਲਪਲਾਈਨ ਨੰਬਰ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਵੀਰ ਸਿੰਘ, ਮੈਂ ਮਲੂਕਪੁਰ ਤੋਂ ਝੋਨਾ ਲੈ ਕੇ ਆਇਆ ਜੀ ਅਤੇ ਪਸ਼ੂਆਂ ਦੀ ਪ੍ਰੋਬਲਮ ਬਹੁਤ ਹੈ, ਮਿੰਟ ਨਹੀਂ ਸੌਣ ਦਿੰਦੇ ਅਤੇ ਗੌਰਮੈਂਟ ਦੇਖੋ ਖਰੀਦੀ ਖਰੂਦੀ ਨਹੀਂ ਗੀ। ਹਾਂ, ਹੁਣ ਫੋਨ ਕੀਤਾ ਉਹ ਕਰਦੇ ਹਾਂ ਸ਼ਾਮ ਤੱਕ ਮਸਲਾ ਹੱਲ। ਕਿੱਥੇ ਫੋਨ ਕੀਤਾ? ਹੈਲਪਲਾਈਨ 'ਤੇ ਕੀਤਾ, ਉਹਨਾਂ ਦੇ ਮਸਲਾ ਹੱਲ ਕਰਾਉਣੇ ਹੈ। ਜੋ ਹੈਲਪਲਾਈਨ ਨੰਬਰ DC ਮੈਡਮ ਕੀ ਤਰਫ ਸੇ ਜਾਰੀ ਕੀਤਾ ਹੋਇਆ ਹੈ ਉਹ ਵੀ ਮੰਡੀ ਕੇ ਹਰੇਕ ਸ਼ੈਡ ਪਰ ਲਗਾ ਦਿਆ ਗਿਆ ਹੈ ਔਰ ਹਮਾਰੇ ਜੋ ਗਰੁੱਪ ਬਣੇ ਹੋਏ ਹੈ ਉਨਮੇਂ ਵੀ ਸਭੀ ਮੇਂ ਉਹ ਨੰਬਰ ਦੇ ਦਿਆ ਗਿਆ ਹੈ। ਜੋ ਵੀ ਕਿਸਾਨ ਮੰਡੀ ਮੇਂ ਆਤੇ ਹੈ ਉਨਕੋ ਪਰਚੀ ਬਣਾ ਕਰ ਉਸ ਹੈਲਪਲਾਈਨ ਨੰਬਰ ਕੀ ਸਭੀ ਆੜ੍ਹਤੀ ਭਾਈ ਦੇ ਰਹੇ ਹੈ ਤਾਂ ਕਿ ਕਿਸੀ ਕੋ ਵੀ ਕੋਈ ਦਿੱਕਤ ਹੋ ਤਾਂ ਉਸ ਹੈਲਪਲਾਈਨ ਨੰਬਰ ਪਰ ਸੰਪਰਕ ਕਰ ਸਕਤੇ ਹੈ। ਖਰੀਦ ਸ਼ੁਰੂ ਹੋਣ ਤੋਂ ਬਾਅਦ ਕਿਸਾਨ ਲਗਾਤਾਰ ਮਾਰਕੀਟ ਕਮੇਟੀ ਤੇ ਆੜ੍ਹਤੀਆਂ ਦੀ ਕਾਰਜਸ਼ੈਲੀ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ। ਅਜਿਹੇ 'ਚ ਇਹ ਹੈਲਪਲਾਈਨ ਨੰਬਰ ਕਿਸਾਨਾਂ ਦੇ ਲਈ ਖਾਸਾ ਫਾਇਦੇਮੰਦ ਹੋ ਸਕਦਾ ਹੈ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੇ ਨਾਲ ਬਿਊਰੋ ਰਿਪੋਰਟ ਜ਼ੀ ਮੀਡੀਆ। SGPC ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਉਣ ਦੀ ਮੰਗ ਤੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਨੇ। ਕਾਂਗਰਸ ਨੇ ਕਿਹਾ ਕਿ ਬਡੂੰਗਰ ਜਾਂਚ ਤੋਂ ਭੱਜ ਰਹੇ ਨੇ ਤਾਂ ਅਕਾਲੀ ਦਲ ਬਡੂੰਗਰ ਦਾ ਬਚਾਅ ਕਰਦਾ ਨਜ਼ਰ ਆਇਆ। ਬੇਅਦਬੀ ਮਾਮਲੇ ਵਿਚ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ SGPC ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਹੁਣ ਬੇਅਦਬੀ ਮਾਮਲਿਆਂ ਦੀ ਜਾਂਚ ਕੇਂਦਰੀ ਏਜੰਸੀ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਬਡੂੰਗਰ ਦੇ ਇਸ ਬਿਆਨ ਤੇ ਕਾਂਗਰਸ ਨੇ ਪਲਟਵਾਰ ਕੀਤਾ। ਕਾਂਗਰਸ ਨੇ ਕਿਹਾ ਬਡੂੰਗਰ ਜਾਂਚ ਤੋਂ ਭੱਜ ਰਹੇ ਨੇ ਤੇ ਤੱਥਾਂ ਨੂੰ ਸਾਹਮਣੇ ਆਉਣ ਦੇਣਾ ਨਹੀਂ ਚਾਹੁੰਦੇ, ਜਦਕਿ ਅਕਾਲੀ ਦਲ ਬਡੂੰਗਰ ਦੇ ਬਚਾਅ ਵਿਚ ਖੜਾ ਹੋ ਗਿਆ। ਦੇਖੋ, CBI ਜਾਂਚ ਹੋਣੀ ਚਾਹੀਦੀ ਹੈ, ਬਹੁਤ ਸਾਰੇ ਕੇਸਿਸ CBI ਨੂੰ ਟ੍ਰਾਂਸਫਰ ਵੀ ਕੀਤੇ ਗਏ ਹੈ, ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜੀ ਗੱਲ ਤੋਂ ਅੱਜ ਅਕਾਲੀ ਬੜੇ ਉਹਨਾਂ 'ਚ ਭਾਜਣਾ ਪਈਆਂ ਖੜੀਆਂ ਉਹ ਹੈ ਵੀ ਬਹਿਬਲ ਕਲਾਂ ਕਾਂਡ ਦੇ ਅੰਦਰ ਗੋਲੀ ਚਲਾਉਣ ਦੇ ਆਰਡਰ ਕਿਹਨੇ ਦਿੱਤੇ ਗਏ ਸੀ? ਫਾਇਰਿੰਗ ਦੇ ਆਰਡਰ ਚੰਡੀਗੜ੍ਹੋਂ ਆਏ ਸੀਗੇ, ਕਿੱਥੋਂ ਆਏ ਸੀਗੇ? ਆਹ ਗੱਲ ਪਤਾ ਕਰਨੀ ਜ਼ਰੂਰੀ ਹੈ ਅਤੇ ਮੈਂ ਸਮਝਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੂਰੀ ਤਰ੍ਹਾਂ ਸਕਸ਼ਮ ਹੈ। ਅੱਜ ਭਾਜਣਾ ਪਈ ਖੜੀ ਹੈ ਅਕਾਲੀ ਦਲ ਦੇ ਅੰਦਰ, ਬਿਕੋਜ਼ ਆਹ ਜਦੋਂ ਪਤਾ ਲੱਗੂਗਾ ਵੀ ਉਹ ਲੋਕਾਂ ਨੇ ਆਰਡਰ ਫਾਇਰ ਕੀਤੇ, ਜਨਰਲ ਡਾਇਰ ਨੇ ਨਹੀਂ ਕੀਤੇ। ਅਕਾਲੀ ਲੀਡਰ ਜਿਨ੍ਹਾਂ ਨੇ ਹਮੇਸ਼ਾ ਪਿਛਲੇ 50 ਸਾਲ ਤੋਂ ਪੰਥ ਦੇ ਨਾਂ 'ਤੇ ਰਾਜਨੀਤੀ ਕੀਤੀ ਹੈ ਉਹਨਾਂ ਦਾ ਅਸਲ ਚਿਹਰਾ ਸਾਹਮਣੇ ਆਊਗਾ। ਨਹੀਂ ਦੇਖੋ, ਜਾਂਚ ਕੋਈ ਵੀ ਏਜੰਸੀ ਕਰੇ ਇਹਦਾ ਸੱਚਾਈ ਸਾਹਮਣੇ ਆਉਣੀ ਚਾਹੀਦੀ ਆ, ਕਿਉਂਕਿ ਵਾਰ ਵਾਰ ਇਹ ਕਿਹਾ ਜਾ ਰਿਹਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਵੀ ਸ਼ਾਇਦ ਇਸ ਨੂੰ ਦਬਾਇਆ ਜਾ ਰਿਹਾ। ਅਸੀਂ ਹੁਣ ਕਾਂਗਰਸ ਨੂੰ ਪੁੱਛ ਰਹੇ ਹੁਣ ਤੁਸੀਂ ਕਿਉਂ ਨੂੰ ਦਬਾਉਂਦੇ ਪਏ ਜੇ? ਤੁਸੀਂ ਇਹਦੇ 'ਤੇ ਇੰਡੀਪੈਂਡੈਂਟ ਜੋ ਵੀ ਤੁਸੀਂ ਕਰਾਉਣਾ ਚਾਹੁੰਦੇ ਸੀ ਸੱਚ ਨੂੰ ਸਾਹਮਣੇ ਕਿਉਂ ਨਹੀਂ ਲਿਆ ਰਹੇ? ਕਿਉਂਕਿ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜੋ ਇਹ ਸਾਰੇ ਘਟਨਾਕ੍ਰਮ ਦਾ ਅਗਰ ਤੁਸੀਂ ਦੇਖੋ ਤਾਂ ਆਮ ਆਦਮੀ ਪਾਰਟੀ ਨੇ ਔਰ ਕਾਂਗਰਸ ਨੇ ਲਾਹਾ ਲਿਆ ਹੈ। ਅੱਜ ਕਿਤੇ ਨਾ ਕਿਤੇ ਉਹ ਮਹਿਸੂਸ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਦੱਬ ਕੇ ਰੱਖਿਆ ਜਾਵੇ ਤਾਂ ਕਿ ਇਹ ਪੋਲੀਟੀਕਲ ਇੱਕ ਜਿਹੜਾ ਇੰਸਟਰੂਮੈਂਟ ਦੇ ਤਰੀਕੇ ਨਾਲ ਫਿਰ ਯੂਜ਼ ਕੀਤਾ ਜਾ ਸਕੇ। ਉਧਰ ਆਮ ਆਦਮੀ ਪਾਰਟੀ ਬਡੂੰਗਰ ਦੇ ਇਸ ਬਿਆਨ ਨੂੰ ਬੇਬੁਨਿਆਦ ਦੱਸ ਰਹੀ ਹੈ, ਜਦਕਿ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਬਡੂੰਗਰ ਨੂੰ ਜਾਂਚ ਵਿੱਚ ਸਹਿਯੋਗ ਦੇਣ ਦੀ ਸਲਾਹ ਦੇ ਰਹੇ ਨੇ। ਇਹ ਸੀਵੇਜ ਜਾਂਚ ਦੀ ਮੰਗ ਕਰਨਾ ਬਹੁਤ ਹੀ ਮੰਗ ਭਰਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਗਾ ਕਿ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਨੂੰ ਲੰਮ ਕੇ ਰਹਿਣ, ਉਹਨਾਂ ਦਾ ਕੋਈ ਹੱਲ ਨਾ ਹੋਵੇ। ਸੋ ਇਸੇ ਗੱਲ ਕਰਕੇ ਸੀਵੇਜ ਜਾਂਚ ਦੀ ਮੰਗ ਕਰ ਰਹੇ ਹਨ, ਪਰੰਤੂ ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਅਜੇ ਆ ਗਈ ਸੀ, ਉਹਨੂੰ ਕਿਸੇ ਨੇ ਸਰਕਾਰ ਲਾਗੂ ਨਹੀਂ ਕੀਤਾ, ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਗੱਲ ਚੱਲ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬਣਾ ਕੇ ਉਸ ਸੈਸ਼ਨ ਦੇ ਦੌਰਾਨ ਸਾਰੀਆਂ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਡਿਸਕਸ਼ਨ ਕਰਨ ਅਤੇ ਜਿਹੜਾ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਕਾਰਵਾਈ ਕੀਤੀ। ਬੜੇ ਸਤਿਕਾਰ ਅਤੇ ਅਦਬ ਨਾਲ, ਮੈਂ ਵੀ 17 ਸਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ,
ਜਿਹੜਾ ਬਰਗਾੜੀ ਕਾਂਡ ਆ ਜਿਹੜਾ ਹੋਇਆ ਉਹਦੇ 'ਤੇ ਜਿਨ੍ਹਾਂ ਦੀ ਧਾਰਮਿਕ ਤੌਰ 'ਤੇ ਰਿਸਪੋਂਸੀਬਿਲਟੀ ਸੀ ਜਿਨ੍ਹਾਂ ਨੂੰ ਲੋਕ ਇਸ ਗੱਲ ਲਈ ਕਸੂਰਵਾਰ ਠਹਿਰਾਉਂਦੇ ਆ ਵੀ ਇਹਨਾਂ ਨੇ ਠੀਕ ਕੰਮ ਨਹੀਂ ਕੀਤਾ, ਮੈਂ ਸਮਝਦਾ ਕਿ ਉਹਨਾਂ 'ਤੇ ਜ਼ਿਆਦਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਕਮਿਸ਼ਨ ਨੂੰ ਸਹਿਯੋਗ ਦੇਣ। ਸਾਬਕਾ ਅਕਾਲੀ ਬੀਜੇਪੀ ਸਰਕਾਰ ਨੇ ਬੇਅਦਬੀ ਮਾਮਲੇ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦੇ ਹੋਏ ਜਾਂਚ CBI ਨੂੰ ਦੇ ਦਿੱਤੀ ਸੀ, ਪਰ ਡੇਢ ਸਾਲ ਬੀਤ ਜਾਣ ਤੋਂ ਬਾਅਦ ਵੀ CBI ਦੀ ਜਾਂਚ ਅੱਗੇ ਨਹੀਂ ਵੱਧ ਸਕੀ ਹੈ। ਅਜੇ ਵਿੱਚ SCPC ਪ੍ਰਧਾਨ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਕੋਲੋਂ ਕਰਵਾਉਣ ਦੀ ਮੰਗ ਕਿੰਨੀ ਜਾਇਜ਼ ਹੈ, ਇਹ ਸਵਾਲ ਬਰਕਰਾਰ ਹੈ। ਅਜੇ ਮਹਾਜਨ, ਕੀਰਤੀਪਾਲ ਤੇ ਪੁਨੀਤ ਪਰਿੰਜਾ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਬੀਤੇ ਦਿਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਿੱਲੀ ਕਾਂਗਰਸ ਦੇ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ, ਪਰ ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਸਾਬਕਾ PM ਮਨਮੋਹਨ ਸਿੰਘ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ। ਕੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਿੱਲੀ ਕਾਂਗਰਸ ਦੇ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਹੋਏ ਸੀ ਤਾਂ ਵਿਵਾਦ ਖੜਾ ਹੋ ਗਿਆ। ਇਸ ਵਿਵਾਦ ਦਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਦਾ 1984 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦੇ ਨਾਲ ਮਿਲਣਾ ਤੇ ਉਹਨਾਂ ਦੇ ਨਾਲ ਮੰਚ ਸਾਂਝਾ ਕਰਨਾ ਹੈ। ਤਸਵੀਰਾਂ 'ਚ ਨਜ਼ਰ ਆ ਰਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪ੍ਰੋਗਰਾਮ 'ਚ ਪਹੁੰਚਣ ਤੇ ਦਿੱਲੀ ਕਾਂਗਰਸ ਦੇ ਆਲਾ ਨੇਤਾਵਾਂ ਨੇ ਉਹਨਾਂ ਦਾ ਸਵਾਗਤ ਕੀਤਾ। ਉਸੇ ਵੇਲੇ ਮੰਚ ਤੇ ਬੈਠੇ ਸੱਜਣ ਕੁਮਾਰ ਵੀ ਸਾਬਕਾ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਪਹੁੰਚੇ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਸਵੀਕਾਰ ਕੀਤਾ ਤੇ ਪੂਰੇ ਪ੍ਰੋਗਰਾਮ ਦੇ ਦੌਰਾਨ ਸੱਜਣ ਕੁਮਾਰ ਦੇ ਨਾਲ ਮੰਚ ਸਾਂਝਾ ਕੀਤਾ। ਇਸ ਪ੍ਰੋਗਰਾਮ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਪ੍ਰਤੀਕਿਰਿਆ ਆਈ ਹੈ, ਜਿਸ 'ਚ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਮਨਮੋਹਨ ਸਿੰਘ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਨਾਲ ਹੀ ਇਸ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਦੀ ਵਿਚਾਰਧਾਰਾ ਤੇ ਵੀ ਸਵਾਲ ਖੜੇ ਕੀਤੇ ਨੇ। ਡਾਕਟਰ ਮਨਮੋਹਨ ਸਿੰਘ ਹੋਰਾਂ ਦਾ 1984 ਦੇ ਸਿੱਖਾਂ ਦੇ ਕਤਲੇਆਮ ਦੇ ਜਿਹੜੇ ਦੋਸ਼ੀ ਨੇ ਸੱਜਣ ਕੁਮਾਰ ਜੀ ਉਹਨਾਂ ਦੇ ਨਾਲ ਸਟੇਜ ਸਾਂਝੀ ਕਰਨਾ ਬਹੁਤ ਹੀ ਮਦਭਾਗਾ ਹੈ, ਦੁਖਦਾਈ ਹੈ, ਸਾਡੇ ਜ਼ਖਮਾਂ ਨੂੰ ਦੇਣ ਵਾਲੀ ਗੱਲ ਹੋਈ ਆ, ਕਿਉਂਕਿ ਬਾਕੀ ਕਿਸੇ 'ਤੇ ਆਸ ਕੀਤੀ ਜਾ ਸਕਦੀ ਆ। ਡਾਕਟਰ ਮਨਮੋਹਨ ਸਿੰਘ ਵਰਗੇ ਵਿਅਕਤੀ 'ਤੇ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਸਿੱਖਾਂ ਦੇ ਜਜ਼ਬਾਤਾਂ ਨੂੰ ਨਾ ਜਾਣਦੇ ਹੋਣ, ਸਿੱਖ ਕੌਮ ਦੀ ਪੀੜਾ ਨੂੰ ਨਾ ਜਾਣਦੇ ਹੋਣ, ਅਤੇ ਜੇ ਸਿੱਖ ਕੌਮ ਨੂੰ ਮੈਂ ਸਮਝਦਾ ਜਜ਼ਬਾਤਾਂ ਨੂੰ ਠੇਸ ਪਹੁੰਚੀ ਆ। ਅਤੇ ਡਾਕਟਰ ਮਨਮੋਹਨ ਸਿੰਘ ਵਰਗੇ ਵਿਅਕਤੀ ਮਤਲਬ ਸੱਜਣ ਕੁਮਾਰ ਨਾਲ ਸਟੇਜ ਸਾਂਝੀ ਕਰ ਸਕਦਾ, ਫਿਰ ਕਾਂਗਰਸ ਦੇ ਮਨਸੂਬੇ, ਕਾਂਗਰਸ ਦੀ ਸੋਚ, ਕਾਂਗਰਸ ਦੀ 1984 ਦੇ ਸਿੱਖਾਂ ਦੇ ਕਤਲੇਆਮ ਤੋਂ ਕੋਈ ਸਬਕ ਸਿੱਖਣ ਦੀ ਮੈਨੂੰ ਨਹੀਂ ਲੱਗਦਾ ਵੀ ਕੋਈ ਉਮੀਦ ਹੈ। ਅਸੀਂ ਸਮਝਦੇ ਸੀ ਕਿ ਸਮੇਂ ਦੇ ਨਾਲ ਮਤਲਬ ਪਾਰਟੀਆਂ ਗਲਤੀ ਅਹਿਸਾਸ ਕਰ ਲੈਂਦੀਆਂ ਨੇ, ਪਰ ਕਾਂਗਰਸ ਪਾਰਟੀ ਨੇ ਤਾਂ 30-32 ਸਾਲਾਂ ਦੇ ਵਿੱਚ ਗਲਤੀ ਤਾਂ ਕੀ ਕਰਨੀ ਸੀ, ਬਲਕਿ ਗਲਤੀ ਤੋਂ ਤਾਂ ਸਭ ਕੀ ਸਿੱਖਣਾ ਸੀ, ਬਲਕਿ ਹੋਰ ਗਲਤੀਆਂ ਦੇ ਰਾਹ 'ਤੇ ਤੁਰੀ ਹੋਈ ਆ। ਉੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਤੇ ਵੀ ਨਿਸ਼ਾਨਾ ਸਾਧਿਆ ਜੋ ਉਹਨਾਂ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਅਮਰੀਕਾ 'ਚ ਦਿੱਤਾ ਸੀ। ਰਾਹੁਲ ਜੀ ਨੇ ਜਿਹੜੀ ਬਾਹਰ ਜਾ ਕੇ ਅਮਰੀਕਾ ਗੱਲ ਕੀਤੀ ਸੀ ਕਿ ਉਹ ਸਿੱਖਾਂ ਦੇ ਪੀੜਾਂ ਨੂੰ ਸਮਝਦੇ ਨੇ, ਕਿ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਟੇਜਾਂ 'ਤੇ ਚੜ੍ਹਾਉਣ ਨਾਲ ਇਹ ਸਾਰਾ ਕੁਛ ਡਰਾਮਾ ਰਾਹੁਲ ਜੀ ਦਾ ਨਜ਼ਰ ਆਇਆ, ਸ਼ੋਸ਼ੇਬਾਜ਼ੀ ਰਾਹੁਲ ਜੀ ਦੀ ਨਜ਼ਰ ਆਈ ਆ। ਕਾਂਗਰਸ ਦੀ ਅੰਦਰਲੀ ਸੋਚ ਜਿਹੜੀ ਉਹ ਜਗ ਜ਼ਾਹਰ ਹੋਈ ਆ ਵੀ ਉਹ ਕਿਵੇਂ ਸਿੱਖਾਂ ਨੂੰ ਮਤਲਬ ਇਨਸਾਫ ਦੇਣ ਦੇ ਵਿੱਚ ਜਾਂ ਸਿੱਖਾਂ ਨਾਲ ਹੋਏ ਅਨਿਆਂ ਅਤੇ ਅੱਤਿਆਚਾਰ ਅਤੇ ਉਸ ਜ਼ੁਲਮ ਜ਼ਬਰ ਦੇ ਵਿਰੁੱਧ ਅੱਜ ਵੀ ਕਾਂਗਰਸ ਨੇ ਕੋਈ ਸਬਕ ਨਹੀਂ ਸਿੱਖਿਆ। ਇਹ ਗੱਲ ਅੱਜ ਸੱਜਣ ਕੁਮਾਰ ਜੀ ਨਾਲ ਸਟੇਜ ਸਾਂਝੀ ਕਰਕੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇਹ ਕਾਂਗਰਸ ਦੀ ਅੰਦਰੂਨੀ ਜਿਹੜੀ ਅਸਲੀ ਤਸਵੀਰ ਆ ਉਹ ਜਗ ਜ਼ਾਹਰ ਕੀਤੀ ਆ, ਅਤੇ ਰਾਹੁਲ ਗਾਂਧੀ ਜੀ ਦੀ ਡਰਾਮੇਬਾਜ਼ੀ ਸ਼ੋਸ਼ੇਬਾਜ਼ੀ ਇਹਦੇ 'ਚ ਸਪਸ਼ਟ ਹੋ ਗਈ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇਤਾ ਸੱਜਣ ਕੁਮਾਰ 1984 ਸਿੱਖ ਕਤਲੇਆਮ ਮਾਮਲੇ 'ਚ ਮੁਲਜ਼ਮ ਨੇ ਤੇ ਇਹ ਮਾਮਲਾ ਵਿਚਾਰ ਅਧੀਨ ਹੈ। ਉੱਥੇ ਇਹਨਾਂ ਦੰਗਿਆਂ 'ਚ ਪ੍ਰਭਾਵਿਤ ਹੋਏ ਹਜ਼ਾਰਾਂ ਸਿੱਖਾਂ ਦੇ ਪਰਿਵਾਰਾਂ ਨੂੰ ਅੱਜ ਵੀ ਇਨਸਾਫ ਦਾ ਇੰਤਜ਼ਾਰ ਹੈ। ਬਿਊਰੋ ਰਿਪੋਰਟ, ਸੀ ਮੀਡੀਆ। ਗੁਰਦਾਸਪੁਰ ਦੇ ਚੋਣ ਦੰਗਲ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੀ ਉਤਰ ਆਏ ਨੇ। ਪਠਾਨਕੋਟ ਦੇ ਵਿੱਚ ਜਨਸਭਾ ਨੂੰ ਸੰਬੋਧਨ ਕਰਨ ਜਿੱਥੇ ਤਾਂ ਉਹਨਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਨਿਸ਼ਾਨਾ ਸਾਧਿਆ, ਉੱਥੇ ਸੁਨੀਲ ਜਾਖੜ ਦੀ ਜਿੱਤ ਦਾ ਯਕੀਨੀ ਵੀ ਗੱਲ ਦੱਸੀ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਰੋਧੀਆਂ ਦੇ ਹਮਲਿਆਂ ਦਾ ਜਵਾਬ ਮਹਾਰਾਣੀ ਪਰਨੀਤ ਕੌਰ ਨੇ ਦਿੱਤਾ ਹੈ। ਸਾਬਕਾ ਵਿਦੇਸ਼ ਮੰਤਰੀ ਗੁਰਦਾਸਪੁਰ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਸੁਨੀਲ ਜਾਖੜ ਦੇ ਪੱਖ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ। ਦਰਅਸਲ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਫੌਜ ਕਦੇ ਨਹੀਂ ਜਿੱਤ ਸਕਦੀ ਜਿਸਦਾ ਲੀਡਰ ਪਿੱਛੇ ਰਹਿ ਕੇ ਜੰਗ ਲੜਦਾ ਹੈ। ਇਸ ਉੱਤੇ ਪ੍ਰਨੀਤ ਕੌਰ ਨੇ ਪਲਟਵਾਰ ਕਰਦਿਆਂ ਹੋਇਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਭਰੋਸਾ ਜਤਾਇਆ ਕਿ ਸੁਨੀਲ ਜਾਖੜੀ ਗੁਰਦਾਸਪੁਰ ਲੋਕ ਸਭਾ ਤੋਂ ਚੁਣ ਕੇ ਸੰਸਦ ਵਿੱਚ ਪਹੁੰਚਣਗੇ। ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੰਨੀਆਂ ਸੀਟਾਂ ਤਾਂ ਸੁਖਬੀਰ ਬਾਦਲ ਨੂੰ ਸਾਹਮਣੇ ਹੋ ਕੇ ਵੀ ਨਹੀਂ ਆਈਆਂ ਜਿੰਨੀਆਂ ਇਸ ਜਰਨੈਲ ਨੇ ਇੱਥੇ ਕਾਟੀਆਂ ਪਿੱਛੇ ਹੋ ਕੇ ਕਹਿਤੀ। ਦੇਖੋ ਸ਼ਹਿਰ ਦੇ ਲਈ ਬਹੁਤ ਵਧੀਆ ਰਿਸਪੋਂਸ ਔਰ ਇੱਥੇ ਆ ਕੇ ਹੋਰ ਪਤਾ ਚੱਲਦਾ, ਪਰ ਬਾਹਰ ਬੈਠੇ ਵੀ ਜਿਹੜੀ ਹਵਾ ਜਾਂਦੀ ਹੈ ਉਹ ਇਹ ਹੈ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਗੁਰਦਾਸਪੁਰ ਦੀ ਸੀਟ ਕਾਂਗਰਸ ਪਾਰਟੀ ਜਿੱਤੂਗੀ, ਸੁਨੀਲ ਜਾਖੜ ਜੀ ਜਿੱਤਣਗੇ ਸਾਡੇ ਪ੍ਰਧਾਨ। ਉਧਰ ਸੁਨੀਲ ਜਾਖੜ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਇਕਜੁੱਟ ਹੋ ਕੇ ਪੂਰਾ ਜ਼ੋਰ ਲਗਾ ਦਿੱਤਾ ਹੈ ਅਤੇ ਪਾਰਟੀ ਇਸ ਸੀਟ ਤੋਂ ਜਿੱਤ ਹਾਸਲ ਕਰਕੇ ਹੀ ਰਹੇਗੀ। ਦੇਖੋ ਕਾਂਗਰਸ ਪਾਰਟੀ ਦਾ ਸੁਨੀਲ ਤਾਂ ਇੱਕ ਸਿੰਬਲ ਮਾਤਰ ਹੈ, ਇੱਕ ਚਿੰਨ੍ਹ ਮਾਤਰ ਹੈ ਤੇ ਕਾਂਗਰਸ ਪਾਰਟੀ ਦਾ ਇਲੈਕਸ਼ਨ ਹੈ। ਕਾਂਗਰਸ ਪਾਰਟੀ ਦੇ ਇਕੱਲੇ ਮਹਾਰਾਣੀ ਸਾਹਿਬ ਨਹੀਂ, ਸਾਰੇ ਈਵਨ ਮਹਾਰਾਜਾ ਸਾਹਿਬ, ਕੈਪਟਨ ਸਾਹਿਬ ਵੀ ਇੱਥੇ ਆ ਕੇ ਪ੍ਰਚਾਰ ਦੋ ਵਾਰੀ ਕਰਕੇ ਗਏ ਹੈ, ਹੁਣ ਵੀ ਉਹਨਾਂ ਦਾ ਅੱਗੇ ਵੀ ਪ੍ਰੋਗਰਾਮ ਹੈ ਤੇ ਪੂਰੀ ਕਾਂਗਰਸ ਪਾਰਟੀ ਕਾਂਗਰਸ ਦੇ ਅਸੂਲਾਂ ਨੂੰ ਲੈ ਕੇ, ਕਿਉਂਕਿ ਆਹ ਜਿਹੜਾ ਇਲੈਕਸ਼ਨ ਹੈ ਕਾਂਗਰਸ ਪਾਰਟੀ ਦੀ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਪੰਜਾਬ ਨੇ 2017 ਦੇ ਅੰਦਰ ਅਸੈਂਬਲੀ ਇਲੈਕਸ਼ਨ ਚ ਦੇਸ਼ ਨੂੰ ਰਾਹ ਦਿਖਾਈ ਹੈ, ਉਸੇ ਤਰ੍ਹਾਂ ਆਉਣ ਵਾਲੇ 2019 ਦੇ ਇਲੈਕਸ਼ਨਾਂ ਚ ਨੀਂਹ ਪੱਥਰ ਇੱਥੋਂ ਰੱਖਿਆ ਜਾਊਗਾ। ਗੁਰਦਾਸਪੁਰ ਸੀਟ ਤੇ ਸੁਨੀਲ ਜਾਖੜ ਦਾ ਮੁਕਾਬਲਾ ਭਾਜਪਾ ਦੇ ਸਵਰਨ ਸਲਾਰੀਆ ਤੇ ਆਮ ਆਦਮੀ ਪਾਰਟੀ ਦੇ ਮੇਜਰ ਸੁਰੇਸ਼ ਖਜੂਰੀਆ ਦੇ ਨਾਲ ਹੈ। ਅਜੇ ਮਹਾਜਨ, ਜ਼ੀ ਮੀਡੀਆ, ਪਠਾਨਕੋਟ। ਖਬਰ ਮੇਵਾਤ ਦੀ ਹੈ ਜਿੱਥੇ ਬੇਖੌਫ ਬਦਮਾਸ਼ਾਂ ਵੱਲੋਂ ਪੁਲਿਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਮੁਲਜ਼ਮ ਦੇਰ ਰਾਤ ਓਵਰਲੋਡ ਵਾਹਨਾਂ ਤੋਂ ਗੈਰ ਕਾਨੂੰਨੀ ਵਸੂਲੀ ਕਰ ਰਹੇ ਸਨ। ਇਸ ਦੌਰਾਨ ਗਸ਼ਤ ਤੇ ਪੁਲਿਸ ਨੂੰ ਆਉਂਦਾ ਦੇਖ ਮੁਲਜ਼ਮਾਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਹਮਲੇ ਦੇ ਵਿੱਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਔਰ ਇਲਾਜ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੇਵਾਤ ਤੋਂ ਖਬਰ ਹੈ ਜਿੱਥੇ ਬਦਮਾਸ਼ ਬੇਖੌਫੀ ਦੇ ਨਾਲ ਆਪਣੇ ਕੰਮ ਨੂੰ ਅੰਜਾਮ ਦੇ ਰਹੇ ਸੀ ਅਤੇ ਪੁਲਿਸ ਨੂੰ ਜਦੋਂ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਤਾਂ ਉਹਨਾਂ ਨੇ ਪੁਲਿਸ ਨੂੰ ਆਉਂਦਾ ਦੇਖ ਉਹਨਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ। ਮੁਲਜ਼ਮਾਂ ਦੀ ਪਛਾਣ ਕਰ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਮੇਵਾਤ ਦੇ ਵਿੱਚ ਗੈਰ ਕਾਨੂੰਨੀ ਵਸੂਲੀ ਕਰਨ ਵਾਲੇ ਮੁਲਜ਼ਮਾਂ ਨੇ ਪੁਲਿਸ ਦੀ ਹੀ ਕੁੱਟਮਾਰ ਕਰ ਦਿੱਤੀ। ਹਮਲੇ ਦੇ ਵਿੱਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਔਰ ਇਹਨਾਂ ਦਾ ਇਲਾਜ ਜਾਰੀ ਹੈ। ਦੇਰ ਰਾਤ ਓਵਰਲੋਡ ਵਾਹਨਾਂ ਤੋਂ ਗੈਰ ਕਾਨੂੰਨੀ ਵਸੂਲੀ ਮਾਮਲਾ ਜਿਹੜਾ ਹੈ ਮੇਵਾਤ ਦਾ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਦੇਰ ਰਾਤ ਓਵਰਲੋਡ ਵਾਹਨਾਂ ਤੋਂ ਗੈਰ ਕਾਨੂੰਨੀ ਵਸੂਲੀ ਕਰ ਰਹੇ ਸਨ। ਇਸ ਦੌਰਾਨ ਗਸ਼ਤ ਦੇ ਪੁਲਿਸ ਨੂੰ ਆਉਂਦਾ ਦੇਖ ਕੇ ਮੁਲਜ਼ਮਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ। ਹਮਲੇ 'ਚ 3 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ। ਇਲਾਜ ਇਹਨਾਂ ਦਾ ਜਾਰੀ ਹੈ ਔਰ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਪੁਲਿਸ ਪਾਰਟੀ ਨੇ ਗਾਡੀ ਰੋਕ ਕੇ ਔਰ ਉਨਕੋ ਮੋਟਰਸਾਈਕਲ ਕੇ ਬਾਰੇ ਮੇਂ ਪੁੱਛਾ। ਵੋ ਏਕ ਲੜਕਾ ਪਕੜ ਲਿਆ। ਪਕੜਨੇ ਕੇ ਬਾਅਦ ਉਸਨੇ ਜੋ ਹੈ ਪੁਲਿਸ ਪਾਰਟੀ ਕੇ ਉੱਪਰ ਜੋ ਬਾਕੀ ਥੇ ਵੋ ਸਾਈਡੋਂ ਭਾਗ ਕੇ ਨੇ ਔਰ ਉਨ੍ਹੋਂਨੇ ਪੁਲਿਸ ਪਾਰਟੀ ਕੋ ਪਥਰਾਓ ਕਰ ਦਿਆ। ਹਮਾਰੇ 3 ਜਵਾਨੋਂ ਕੋ ਚੋਟੇ ਆਈ ਹੈ ਜਿਸਕੋ ਜਿਨਕਾ ਇਲਾਜ ਕਰਵਾਇਆ ਹੈ ਕਰਵਾ ਲਿਆ ਹੈ ਹਮਨੇ ਹਮਨੇ 148, 149, 3553 ਪੰਜਾਬ ਦੇ ਵਿੱਚ ਸਰਕਾਰ ਬਦਲੀ ਪਰ ਨਹੀਂ ਬਦਲਿਆ ਤਾਂ ਉਹ ਹੈ ਡਰੱਗਸ ਦਾ ਧੰਦਾ। ਪੰਜਾਬ ਦੇ ਵਿੱਚ ਨਸ਼ੇ ਦਾ ਕਾਲਾ ਕਾਰੋਬਾਰ ਜਾਰੀ ਹੈ ਪਰ ਜੋ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ ਉਸਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਤਰਨ ਤਾਰਨ ਦੇ ਵਿੱਚ ਇੱਕ ਪਿਓ ਨੇ ਆਪਣੇ ਪੁੱਤਰ ਨੂੰ ਡਰੱਗਸ ਦੀ ਜਿਹੜੀ ਉਹਦੀ ਆਦਤ ਸੀ ਉਹਨੂੰ ਛਡਵਾਉਣ ਦੇ ਜਿਹੜੀ ਕੋਸ਼ਿਸ਼ ਕੀਤੀ ਪਰ ਪਰੇਸ਼ਾਨ ਹੋ ਕੇ ਉਸ ਨੂੰ ਉਹਨੇ ਬੇੜੀਆਂ ਨਾਲ ਬੰਨ੍ਹ ਦਿੱਤਾ। ਨਸ਼ਾ ਉਹਨੂੰ ਜੀ ਸਾਨੂੰ ਤੇ 3 ਸਾਲ ਢਾਈ ਹੋਏ ਉਹਨੂੰ ਮਤਲਬ ਪਤਾ ਲੱਗੇ ਉਹਨੂੰ ਪਹਿਲਾਂ ਕਦੇ ਚੋਰੀ ਛੱਪੇ ਕਰ ਆਮ ਵੇਚੀ ਜਾਂਦੇ ਆ ਜੀ ਸਕੂਲੇ ਸਿੰਮੇ ਸੁੰਮੇ ਹੋਣੀ ਭਿੱਖੀ ਹੁੰਦੀ ਵੇਚੀ ਜਾਂਦੇ ਹੁਸ਼ਿਆਰ ਹੋਣੀ। ਸੰਗਲਾਂ ਵਿੱਚ ਜਕੜਿਆ ਇਹ ਨੌਜਵਾਨ ਅਤੇ ਉਸਦੇ ਕੋਲ ਬੈਠਾ ਇਹ ਬੇਬਸ ਪਿਤਾ ਜਵਾਨ ਪੁੱਤ ਨੂੰ ਸੰਗਲਾਂ ਵਿੱਚ ਜਕੜਨਾ ਮਜਬੂਰੀ ਹੈ ਪਰ ਜਵਾਨੀ ਵਿੱਚ ਨਸ਼ੇ ਦੇ ਵੱਸ ਪੈ ਪੁੱਤ ਨੂੰ ਸੰਭਾਲਣਾ ਇਸ ਪਿਓ ਦੇ ਵੱਸ ਤੋਂ ਬਾਹਰ ਹੋ ਚੁੱਕਾ ਹੈ। 12ਵੀਂ ਕਲਾਸ ਵਿੱਚ ਪੜ੍ਹਦਿਆਂ ਇਹ ਨੌਜਵਾਨ ਨਸ਼ੇ ਦੀ ਆਦਤ ਵਿੱਚ ਅਜਿਹਾ ਪਿਆ ਕਿ ਇਸ ਦੀ ਦਲਦਲ ਵਿੱਚ ਉਤਰਦਾ ਚਲਾ ਗਿਆ। ਅੱਜ ਹਾਲਾਤ ਇਹ ਨੇ ਕਿ ਉਸ ਨੂੰ ਜੰਜੀਰਾਂ ਵਿੱਚ ਕੈਦ ਕਰਨਾ ਪੈ ਰਿਹਾ ਹੈ। ਪਿਤਾ ਦੀ ਦਲੀਲ ਹੈ ਕਿ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭੇਜਿਆ ਗਿਆ ਸੀ
ਅਤੇ ਉਹ ਨਸ਼ਾ ਛੱਡ ਵੀ ਗਿਆ ਸੀ ਪਰ ਨਸ਼ੇ ਦੇ ਸੌਦਾਗਰਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਦੁਬਾਰਾ ਸੰਪਰਕ ਸਾਧ ਕੇ ਉਸਨੂੰ ਮੁੜ ਉਸੇ ਰਾਹ ਪਾ ਦਿੱਤਾ ਇਸ ਬੇਬਸ ਪਿਓ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ ਕਿ ਨਸ਼ੇ ਦੇ ਰਾਹ ਪੈ ਇਸ ਦੇ ਪੁੱਤਰ ਦੀ ਸੁੱਧ ਲਈ ਜਾਵੇ ਅਤੇ ਨਾਲ ਹੀ ਉਸਨੇ ਇਲਜ਼ਾਮ ਲਗਾਇਆ ਕਿ ਪੂਰੇ ਭਿੱਖੀ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਨਸ਼ੇ ਦੇ ਇਸ ਕਾਰੋਬਾਰ ਪਿੱਛੇ ਉਸਨੇ ਪੁਲਿਸ ਦੀ ਮਿਲੀ ਭੁਗਤ ਦੇ ਦੋਸ਼ ਵੀ ਲਗਾਏ ਨੇ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਹੈ ਇਸ ਨਸ਼ੇ ਦੇ ਖਾਤਰ ਮੈਂ ਭਿੱਖੀ ਪਿੰਡ SHO ਬਲਵਿੰਦਰ ਸਿੰਘ ਨੂੰ ਕਈ ਵਾਰ ਮਿਲ ਚੁੱਕਾ ਉਹ ਕਦੀ ਆ ਜਾਂਦਾ ਅੱਜ ਆ ਜੀ ਜੇ ਜਾਣਾ ਕਦੀ ਆਉਂਦਾ ਸਵੇਰੇ ਆ ਜੀ 50 ਗੇੜੇ ਮਾਰੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਦੁਖੀ ਹੋ ਕੇ ਫਿਰ ਉਹਨੂੰ ਜੰਜੀਰਾਂ ਨਾਲ ਬੰਨ ਦਿੱਤਾ ਉਹਨੂੰ ਜੀ ਸਾਨੂੰ ਤੇ 3 ਸਾਲ 2.5 ਹੋਏ ਉਹਨੂੰ ਮਤਲਬ ਪਤਾ ਲੱਗੇ ਉਹਨੂੰ ਪਹਿਲਾਂ ਕਦੇ ਚੋਰੀ ਛੱਪੇ ਕਰਦਾ ਰਿਹਾ ਆ ਤੇ ਹੁਣ ਸ਼ਰੇਆਮ ਕਰਦਾ ਜੀ 2 ਸੋਨੇ ਦੀਆਂ ਛਾਪਾਂ ਜਿਹੜੀਆਂ ਅੱਧੇ ਅੱਧੇ ਤੋਲੇ ਦੀਆਂ ਲਿਜਾ ਕੇ ਹਿਸ਼ਿਆਰ ਸਿੰਘ ਸਾਨੋ ਗੁਰਨਾਮ ਸਿੰਘ ਪਿੰਡ ਭਿੱਖੀ ਪਿੰਡ ਜੋਰਾ ਬਹੁਤ ਜ਼ਿਆਦਾ ਮਸ਼ਹੂਰ ਸਮਗਰ ਵਾਲਿਆ ਨਸ਼ਾ ਮਤਲਬ ਅਸੀਂ ਰੋਹਣ ਸਮੈਗ ਵੇਚਦਾ ਆ ਉਹਨੂੰ ਉਹਨੇ ਦਿੱਤੀਆਂ ਉਹਨੇ ਇੱਕ 500 ਰੁਪਏ ਦੇ ਵਿੱਚ ਸਾਡੀਆਂ 30,000 ਰੁਪਏ ਦਾ ਸੋਨਾ ਜਿਹੜਾ ਉਹਨੇ ਗਾਇਬ ਕਰਤਾ ਨਸ਼ੇ ਦੀ ਸੰਗੰਧੀ ਦਲਦਲ ਵਿੱਚ ਧਸ ਚੁੱਕੇ ਇਸ ਨੌਜਵਾਨ ਦੀ ਜ਼ੁਬਾਨੀ ਸੁਣੋ ਕਿ ਭਿੱਖੀ ਪਿੰਡ ਵਿੱਚ ਕਿਵੇਂ ਚੱਲ ਰਿਹਾ ਨਸ਼ੇ ਦਾ ਕਾਲਾ ਕਾਰੋਬਾਰ ਆਮ ਵੇਚੀ ਜਾਂਦੇ ਆ ਜੀ ਸਕੂਲੇ ਸੇਮੇ ਸੁਮੇ ਹੋਣੀ ਭਿੱਖੀ ਪਿੰਡ ਵੇਚੀ ਜਾਂਦੇ ਹੁਸ਼ਿਆਰ ਹੋਣੀ ਮੰਗੂ ਹੋਣੀ ਹਾਂਜੀ ਨਸ਼ੇ ਦਾ ਮੁੱਦਾ ਬੇਸ਼ੱਕ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦੇ ਕੇਂਦਰ ਵਿੱਚ ਰਿਹਾ ਪਰ ਸੂਬੇ ਦੀ ਜਵਾਨੀ ਦੀਆਂ ਨਸਾਂ ਦੇ ਵਿੱਚ ਜ਼ਹਿਰ ਘੋਲ ਰਹੇ ਇਸ ਮੁੱਦੇ ਤੇ ਰੱਜ ਕੇ ਸਿਆਸਤ ਤੋਂ ਸਿਵਾਏ ਕੁਝ ਨਹੀਂ ਹੋਇਆ ਲੱਗਦਾ ਆਪੋ ਆਪਣੇ ਅੰਕੜਿਆਂ ਦੇ ਬਹਾਨੇ ਸਰਕਾਰਾਂ ਬੇਸ਼ੱਕ ਸਿਆਸੀ ਸਹੂਲਤ ਵਾਸਤੇ ਨਸ਼ੇ ਨੂੰ ਘਟਾ ਤੇ ਵਧਾ ਕੇ ਪੇਸ਼ ਜ਼ਰੂਰ ਕਰਦੀਆਂ ਹਨ ਪਰ ਜੋ ਅਸਲ ਤਸਵੀਰ ਹੈ ਉਹ ਤਰਨ ਤਾਰਨ ਦੇ ਭਿੱਖੀ ਪਿੰਡ ਤੋਂ ਸਾਹਮਣੇ ਆਈ ਹੈ ਮਨੀਸ਼ ਸ਼ਰਮਾ ਜ਼ੀ ਮੀਡੀਆ ਤਰਨ ਤਾਰਨ ਤੇ ਹੁਣ ਗੱਲ ਕਰਦੇ ਹਾਂ ਸੁਹਾਗਣਾ ਦੇ ਤਿਉਹਾਰ ਦੀ ਸ਼ਰਮਾ ਕੇ ਕਹੀਂ ਚਲ ਜਾਏ ਨਾ ਅੱਜ ਹੈ ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਬਾਜ਼ਾਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਔਰਤਾਂ ਲਈ ਜਿਸ ਤਿਉਹਾਰ ਦੀ ਖਾਸ ਮਹੱਤਤਾ ਹੈ ਮਹਿਲਾਵਾਂ ਸ਼ਿੰਗਾਰ ਕਰ ਰਹੀਆਂ ਨੇ ਮਹਿੰਦੀ ਲਵਾ ਰਹੀਆਂ ਨੇ ਤੁਹਾਡੇ ਸਾਹਮਣੇ ਚੰਡੀਗੜ੍ਹ ਪਾਣੀਪਤ ਹੁਸ਼ਿਆਰਪੁਰ ਬਠਿੰਡਾ ਅੰਬਾਲਾ ਅਤੇ ਸ਼ਿਮਲਾ ਦੀਆਂ ਇਹ 6 ਤਸਵੀਰਾਂ ਨੇ ਜਿੱਥੇ ਸੁਹਾਗਣਾ ਸ਼ਰਧਾ ਨਾਲ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਵਰਤ ਰੱਖਿਆ ਉਹਨਾਂ ਨੇ ਔਰ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਕੀਤੀ ਹੈ ਉਹਨਾਂ ਨੇ ਔਰ ਮਹਿੰਦੀ ਲਵਾਈ ਹੈ ਤਲੀਆਂ ਦੇ ਉੱਤੇ ਘਰ ਵਾਲੇ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਇੱਥੇ ਸੁਹਾਗਣਾ ਨਜ਼ਰ ਆ ਰਹੀਆਂ 6 ਤਸਵੀਰਾਂ ਚੰਡੀਗੜ੍ਹ ਪਾਣੀਪਤ ਹੁਸ਼ਿਆਰਪੁਰ ਬਠਿੰਡਾ ਅੰਬਾਲਾ ਸ਼ਿਮਲਾ ਸੋ ਅੱਜ ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਹੈ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਤਲੀਆਂ ਦੇ ਉੱਤੇ ਮਹਿੰਦੀਆਂ ਲਵਾਈਆਂ ਜਾ ਰਹੀਆਂ ਨੇ ਜਿਹੜਾ ਆਪਣਾ ਪਤੀ ਹੈ ਉਸਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾ ਰਹੀ ਹੈ ਇਸ ਤਮਾਮ ਦੁਨੀਆਂ ਦੇ ਵਿੱਚ ਵਸਦੀਆਂ ਤ੍ਰੇਮਤਾਂ ਨੂੰ ਇਸ ਤਿਉਹਾਰ ਦੀ ਲੱਖ ਲੱਖ ਵਧਾਈ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ ਆਪਣੇ ਦੋਸਤ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ ਸ਼ਰਮਾ ਕੇ ਕਹੀਂ ਚਲ ਜਾਏ ਨਾ।